ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਢੱਲਾ ਕੈਨੇਡਾ ਦੇ ਸਪਾਊਸ ਵੀਜ਼ਾ ਦੇ ਉੱਤੇ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਆਈਆਰਸੀਸੀ ਦੇ ਵੈਬਿਨਾਰ ਦੇ ਵਿੱਚ ਵੀ ਸਪਾਊਸ ਵੀਜ਼ਾ ਤੇ ਕਈ ਗੱਲਾਂ ਹੋਈਆਂ ਨੇ ਹੁਣ ਸਪਾਊਸ ਵੀਜ਼ਾ ਕੀ ਸਟੂਡੈਂਟ ਅਪਲਾਈ ਕਰਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਔਰ ਸਪਾਊਸ ਵੀਜ਼ਾ ਦੇ ਉੱਪਰ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਕਿ ਜੌਬ ਆਫਰ ਹੋਣੀ ਚਾਹੀਦੀ ਹੈ ਉਹਦੀ ਅਸਲ ਸੱਚਾਈ ਕੀ ਹੈ ਇਹ ਸਾਰੇ ਵਿਸ਼ੇ ਰਹਿਣਗੇ ਇਸ ਇੰਪੋਰਟੈਂਟ ਪ੍ਰੋਗਰਾਮ ਦੇ ਵਿੱਚ ਔਰ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਰਹਿਣਗੇ ਜਿਹੜੇ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜਸਮੀਤ ਜੀ ਜਸਮੀਤ ਜੀ ਕਲੈਰਿਟੀ ਚਾਹਨਾ ਮੈਂ ਪੂਰੀ ਜਿਹੜੇ ਸਪਾਊਸ ਵੀਜ਼ਾ ਦੇ ਉੱਤੇ ਗੱਲ ਆ ਰਹੀ ਹੈ ਕਿ ਜਿਹੜਾ ਸਪਾਊਸ ਹੈ ਉਹਦੇ ਕੋਲੇ ਜੌਬ ਲੈਟਰ ਹੋਣੀ ਚਾਹੀਦੀ ਆਫਰ ਲੈਟਰ ਹੋਣੀ ਚਾਹੀਦੀ ਇਹਦੇ ਵਿੱਚ ਪੂਰਾ ਕਲੈਰਿਟੀ ਅਗਰ ਦੇ ਦੇਵਾਂ ਕਿ ਕਿੰਨਾ ਹਾਲਾਤਾਂ ਚ ਹੋਣੀ ਚਾਹੀਦੀ ਔਰ ਉਹ ਕਿਹੋ ਜੀ ਲੈਟਰ ਹੋਣੀ ਚਾਹੀਦੀ ਬਿਲਕੁਲ ਸੋ ਸਟੂਡੈਂਟ ਪਹਿਲੀ ਗੱਲ ਤਾਂ ਇਹ ਗੱਲ ਕਿੱਥੋਂ ਉੱਠੀ ਇਹ ਗੱਲ ਸੋ so, IRCC ਦੇ ਵੈਬਿਨਾਰਸ ਚੋਂ ਥੋੜਾ ਜਿਹਾ ਇੱਥੇ ਮੁੱਦੇ ਨੂੰ ਉਠਾਇਆ ਗਿਆ ਕਿ ਸਪਾਉਸ ਜਿਹੜੇ ਵੀ ਟਰੈਵਲ ਕਰਨਾ ਚਾਹੁੰਦੇ ਨੇ ਜਿਹੜੇ ਟਰੈਵਲ ਕਰਨਾ ਚਾਹੁੰਦੇ ਨੇ ਜਿਨ੍ਹਾਂ ਦੇ ਪਾਸਪੋਰਟ ਤੇ ਵੀਜ਼ਾ ਸਟੈਂਪਡ ਹੈ ਸੋ ਉਹ ਸਪਾਉਸ ਜਦੋਂ ਕੈਨੇਡਾ ਜਾਂਦੇ ਆ ਉਹਨਾਂ ਸਾਰਿਆਂ ਨੂੰ ਇੱਕ ਟੈਂਪਰੇਰੀ ਜੌਬ ਆਫਰ ਚਾਹੀਦੀ ਹੋਏਗੀ ਆਫਟਰ ਦੇ ਕੰਪਲੀਟ देयर ਕੁਆਰੰਟਾਈਨ ਪੀਰੀਅਡ ਸੋ ਜਦੋਂ ਉਹ ਕੁਆਰੰਟਾਈਨ ਪੀਰੀਅਡ ਆਪਣਾ ਖਤਮ ਕਰਨਗੇ ਤਾਂ ਉਹਨਾਂ ਨੂੰ ਜੌਬ ਆਫਰ ਚਾਹੀਦੀ ਹੋਏਗੀ ਪਰ ਇੱਥੇ ਇੱਕ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਗਈ ਮੇਰੇ ਕੋਲ ਮੈਨੂੰ ਵੀ ਸਟੂਡੈਂਟਸ ਮਿਲ ਕੇ ਗਏ ਜਾਂ ਉਹਨਾਂ ਦੇ ਹਸਬੰਡਸ ਮਿਲ ਕੇ ਗਏ ਸਪਾਊਸ ਦੇ ਹਸਬੰਡਸ ਮਿਲ ਕੇ ਗਏ ਕਿ ਸਰ ਕਿਤੇ ਜੌਬ ਆਫਰ ਅਪਲਾਈ ਕਰਨ ਲਈ ਤਾਂ ਨਹੀਂ ਚਾਹੀਦੀ ਨਹੀਂ ਵੀਜ਼ਾ ਅਪਲਾਈ ਕਰਨ ਲਈ ਕੋਈ ਵੀ ਜੌਬ ਆਫਰ ਨਹੀਂ ਚਾਹੀਦੀ ਬਟ ਇੱਕ ਟੈਂਪਰੇਰੀ ਜੌਬ ਆਫਰ ਚਾਹੀਦੀ ਹੈ ਜਦੋਂ ਤੁਸੀਂ ਟਰੈਵਲ ਕਰਨਾ ਦੈਟ ਜੌਬ ਆਫਰ ਇਜ਼ ਨੀਡਡ ਓਨਲੀ ਫਾਰ ਟਰੈਵਲ ਸੋ ਮੈਂ ਫੇਰ ਦੁਬਾਰਾ ਇੱਥੇ ਕਲੈਰਿਟੀ ਦੇਣਾ ਚਾਹਾਂਗਾ ਕਿ ਉਹ ਜੌਬ ਆਫਰ ਤੁਹਾਨੂੰ ਕੀ ਕਹਿੰਦੇ ਵੀ ਅਪਲਾਈ ਕਰਨ ਲਈ ਨਹੀਂ ਚਾਹੀਦੀ ਹੈ ਬਟ ਤਾਨੂੰ ਟਰੈਵਲ ਕਰਨ ਲਈ ਉਹ ਜੌਬ ਆਫਰ ਚਾਹੀਦੀ ਹੈ ਕਿ ਜਦੋਂ ਤੁਹਾਡਾ ਕੁਆਰੰਟਾਈਨ ਪਲਾਨ ਖਤਮ ਹੁੰਦਾ ਹੈ ਉਸ ਤੋਂ ਬਾਅਦ ਨੈਕਸਟ ਡੇ ਯੂ ਹੈਵ ਅ ਜੌਬ ਐਂਡ ਯੋਰ ਟਰੈਵਲ ਇਜ਼ ਅਸੈਂਸ਼ੀਅਲ ਸੋ ਦੈਟ ਇਜ਼ ਦ ਕਲੈਰਿਟੀ ਓਵਰ ਦ ਸਪਾਊਸ ਵੀਜ਼ਾ ਜੌਬ ਆਫਰ ਬਟ ਤੁਹਾਨੂੰ ਅਪਲਾਈ ਕਰਨ ਵਾਸਤੇ ਕੋਈ ਜੌਬ ਆਫਰ ਨਹੀਂ ਚਾਹੀਦੀ ਅਪਲਾਈ ਕਰਨ ਲਈ ਕੋਈ ਜੌਬ ਆਫਰ ਨਹੀਂ ਚਾਹੀਦੀ ਹੁਣ ਜਸਮੀਤ ਜੀ ਫਿਰ ਡਿਊਟੀ ਕੀ ਦੀ ਹੈ ਇੰਡੀਆ ਚ ਬੈਠਾ ਕੋਈ ਵਿਅਕਤੀ ਜੌਬ ਆਫਰ ਲੈਟਰ ਤਾਂ ਲੈਣੀ ਤਾਂ ਬੜੀ ਔਖੀ ਹੈ ਇਹਦਾ ਮਤਲਬ ਹੈ ਜਿਹੜਾ ਉਹਨਾਂ ਦਾ ਦੂਸਰਾ ਪਾਰਟਨਰ ਹੈ ਕੈਨੇਡਾ ਦੇ ਵਿੱਚ ਉਹ ਜੌਬ ਆਫਰ ਲੈਟਰ ਅਰੇਂਜ ਕਰੇਗਾ ਬਿਲਕੁਲ ਤੁਹਾਡੇ ਵਾਈਫ ਜਾਂ ਹਸਬੰਡ ਜਿਹੜੇ ਕੈਨੇਡਾ ਚ ਹੈਗੇ ਆ ਜੇ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਕੁਆਲੀਫਿਕੇਸ਼ਨ ਦੇ ਨਾਲ ਮੈਚ ਕਰਦੀ ਤੁਸੀਂ ਕੋਈ ਜੌਬ ਆਫਰ ਅਰੇਂਜ ਕਰਕੇ ਦੇ ਸਕਦੇ ਆ ਤਾਂ ਦੈਟ ਇਜ਼ ਅ ਟੈਂਪਰੇਰੀ ਜੌਬ ਆਫਰ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡੇ ਲਈ ਜੌਬ ਅਰੇਂਜ ਕਰ ਸਕਦਾ ਤਾਂ ਦੈਟ ਇਜ਼ ਦੈਟ ਇਜ਼ ਬੀ ਵਰਕੇਬਲ ਸੋ ਯੂ ਕੈਨ ਸੇ ਦੈਟ ਯੂ ਆਰ ਟਰੈਵਲਿੰਗ ਟੂ ਕੈਨੇਡਾ ਐਂਡ ਆਫਟਰ ਯੂ ਫਿਨਿਸ਼ ਯੂਰ ਕੁਆਰੰਟਾਈਨ ਪੀਰੀਅਡ ਯੂ ਹੈਵ ਅ ਜੌਬ ਆਫਰ ਐਂਡ ਥਿਸ ਏਮਪਲੋਇਰ ਵਿਲ ਬੀ ਪੇਇੰਗ ਯੂ ਥਿਸ ਮਚ ਸੈਲਰੀ ਐਂਡ ਯੂ ਵਿਲ ਬੀ ਵਰਕਿੰਗ ਫੁੱਲ ਟਾਈਮ ਬਿਕਾਜ਼ ਦੈਟ ਇਜ਼ ਐਨ ਓਪਨ ਵਰਕ ਪਰਮਿਟ ਤੋ ਜਿਹੜਾ 스파우스 ਨੂੰ ਮਿਲਦਾ that is an open work permit ਜਿਹੜਾ ਇੱਕ 스파우스 ਨੂੰ ਮਿਲਦਾ ਸੋ ਬਹੁਤ ਸਾਰੇ ਸਟੂਡੈਂਟਸ ਜਾਂ 스파우스 ਇਸ ਚੀਜ਼ ਦਾ ਮੁੱਦਾ ਬਹੁਤ ਅੱਜਕੱਲ੍ਹ ਉੱਠਿਆ ਹੋਇਆ ਬਟ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰੇ 스파우스 ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਜਾਂ ਜਿਹੜੇ ਸਟੂਡੈਂਟਸ ਬਾਹਰ ਜਾ ਰਹੇ ਨੇ ਕਿ ਅਸੀਂ ਇੱਕ ਜੈਨੂਇਨ ਤਰੀਕੇ ਨਾਲ ਹੀ ਵਿਆਹ ਕਰਵਾਈਏ ਐਂਡ ਅਗਰ ਤੁਸੀਂ ਰਿਲੇਸ਼ਨਸ਼ਿਪ ਚ ਸੀਰੀਅਸ ਹੈਗੇ ਹੋ ਤਾਂ ਹੀ ਉਹ ਰਿਲੇਸ਼ਨਸ਼ਿਪ ਨੂੰ ਅੱਗੇ ਲੈ ਕੇ ਜਾਓ ਆਦਰਵਾਇਜ਼ ਡੂ ਨਾਟ Just get married to go abroad. ਪਲੀਜ਼ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਪਲੀਜ਼ ਆਪਾਂ ਇਸ ਚੀਜ਼ ਉੱਤੇ ਨਾ ਵਰਕਿੰਗ ਕਰੀਏ ਔਰ ਦੋ ਤਰ੍ਹਾਂ ਦੀ ਜ਼ਿੰਦਗੀ ਖਰਾਬ ਹੋਣ ਦੀ ਗੱਲ ਹੋ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਜੇ ਕੋਈ ਸਾਡੇ ਆਫਿਸ ਆਂਦਾ ਅਸੀਂ ਵੀ ਉਹਨੂੰ ਸਿਰਫ ਇਹੀ ਕਹਿੰਨੇ ਆ ਕਿ ਇਫ ਯੂ ਆਰ ਜੈਨੂਇਨਲੀ ਮੈਰਿਡ ਥੈਨ ਓਨਲੀ ਅਪਲਾਈ ਫਾਰ ਯਰ ਸਪਾਊਸ ਵੀਜ਼ਾ ਐਲਸ ਤੁਹਾਨੂੰ ਰਿਫਿਊਜ਼ਲ ਆਂਦੇ ਚਾਂਸਸ ਵੀ ਬਹੁਤ ਜ਼ਿਆਦਾ ਹੈ ਕਿਤੇ ਤੁਸੀਂ ਇੱਕ ਪਾਸੇ ਸੁਪਨਾ ਦੇਖ ਰਹੇ ਹੁੰਦੇ ਹੋ ਕੈਨੇਡਾ ਪਹੁੰਚਣ ਦਾ ਪਰ ਜੇ ਅਰੇਂਜਮੈਂਟ ਸਹੀ ਨਹੀਂ ਹੈਗਾ ਜੈਨੂਇਨ ਹੈ ਗਾ ਫੇਕ ਹੈਗਾ ਤਾਂ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨੁਕਸਾਨ ਹੋ ਸਕਦਾ ਦੋਨਾਂ ਤਰ੍ਹਾਂ ਦਾ ਬਿਲਕੁਲ ਠੀਕ ਹੈ ਸੋ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੈ ਉਸ सूरत ਹੋ ਸਕਦਾ ਹੈ ਅਗਰ ਤੁਸੀਂ ਬਹੁਤ ਧਿਆਨ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਨਹੀਂ ਕਰੋਗੇ ਹੁਣ ਜਸ਼ਮੀਤ ਜੀ ਰਿਜ਼ਲਟ ਆਉਣੇ ਸ਼ੁਰੂ ਹੋ ਰਹੇ ਨੇ ਆ ਵੀ ਰਹੇ ਨੇ ਪੀਪੀਆਰ ਆ ਰਹੇ ਨੇ ਹੁਣ ਸਪਾਊਸ ਕੇਸ ਅਪਲਾਈ ਕਰਨ ਸਟੂਡੈਂਟ ਆਰਾਮ ਦੇ ਨਾਲ ਸੀ ਬਿਲਕੁਲ ਸੋ ਜੋ ਨਵਾਂ ਟਰੈਵਲ ਅਪਡੇਟ ਆਇਆ ਉਹਦੇ ਚ ਕਲੀਅਰ ਕਰ ਦਿੱਤਾ ਗਿਆ ਕਿ 7 ਸਪਟੰਬਰ ਤੋਂ 올 ਟੂਰਿਸਟ and everybody will be allowed to travel those who are fully vaccinated jinna nu do doses vaccine di lag chukiya hon giya aur second dose to baad 14 din ho chuke honge 7 september to canada vich sare allowed honge travel karna so i feel ki bahut positive hai ga paave apna travel ban vadha deta gaya 1 august tak but phir bhi 7 september wali news bahut positive hai aur koi bhi canada tourist visa te jana chahnda hai koi canada spouse visa te jana chahnda hai ਕੋਈ ਪੈਰੈਂਟਸ ਜਾਣਾ ਜਾਂਦੇ ਆ ਸੁਪਰਵਾਈਜ਼ ਆ ਤੇ ਸੋ ਉਹਨਾਂ ਸਾਰਿਆਂ ਲਈ ਇੱਕ ਇਹ ਪੋਜ਼ਿਟਿਵ ਦਿਸ਼ਾ ਵੱਲ ਲੈ ਕੇ ਜਾ ਰਿਹਾ ਜਿਹੜਾ ਨਵਾਂ ਟਰੈਵਲ ਅਪਡੇਟ ਆਇਆ ਬਿਲਕੁਲ ਠੀਕ ਹੈ ਜੀ ਸੋ 7 ਸਤੰਬਰ ਤੋਂ ਬਾਅਦ ਡਬਲ ਵੈਕਸੀਨ ਲੇਕਿਨ ਤੁਹਾਡੇ ਹੋਣੀ ਚਾਹੀਦੀ ਹੈ ਸੋ ਤੁਸੀਂ ਟੂਰਿਸਟ ਵੀਜ਼ਾ ਤੇ ਵੀ ਟਰੈਵਲ ਕਰ ਸਕੋਗੇ ਸੋ ਕੈਨੇਡਾ ਨੂੰ ਲੈ ਕੇ ਬਹੁਤ ਚੰਗੇ ਚੰਗੇ ਅਪਡੇਟ ਆ ਰਹੇ ਨੇ ਮੈਨੂੰ ਲੱਗਦਾ ਸਪਾਊਸ ਵੀਜ਼ਾ ਦੇ ਉੱਤੇ ਪੂਰੀ ਤਰ੍ਹਾਂ ਨਾਲ ਕਲੈਰਿਟੀ ਹੈ ਫਿਰ ਵੀ ਤੁਸੀਂ ਸਪਾਊਸ ਵੀਜ਼ਾ ਤੇ ਕੋਈ ਕਲੈਰਿਟੀ ਚਾਹੀਦੀ ਹੈ ਜਾਂ ਤੁਸੀਂ ਫਰੈਸ਼ ਸਪਾਊਸ ਵੀਜ਼ਾ ਅਪਲਾਈ ਕਰਨਾ ਹੈ 90413 90412 ਲੈਂਡਮਾਰਕ ਇਮੀਗ੍ਰੇਸ਼ਨ ਦਾ ਨੰਬਰ ਹੈ ਸੰਪਰਕ ਕਰੋ info@landmarkimmigration.com ਤੇ ਈਮੇਲ ਕਰੋ ਜਸਮੀਤ ਜੀ ਨੂੰ ਪਰਸਨਲੀ ਮਿਲੋ ਅਪਾਇੰਟਮੈਂਟ ਬਣਾਓ ਇਸੇ ਨੰਬਰ ਤੇ ਔਰ ਕੋਈ ਵੀ ਕਨਫਿਊਜ਼ਨ ਜਾਂ ਕਲੈਰਿਟੀ ਚਾਹੀਦੀ ਹੈ ਤੇ ਉਹ ਜ਼ਰੂਰ ਹਾਸਲ ਕਰੋ ਜਸਮੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵਕਤ ਕੱਢਿਆ ਸਟੂਡੀਓ ਆਈ ਧੰਨਵਾਦ